वेलकम आई थोड़ा सारे दा अपने एक होर नवे फ्रैश वलॉग दे विच। ते आज दा वलॉग होने वाला गा अपना देख लो तुहानू थंबनेल ते टाइटल तो पता लग ही गया होना वलॉग किस चीज़ ते आ। ते बाकी पहला तो आपां इसके बाहरले घरे तुहानू दिखाउने आ इत्थे किन्ना कम चल। ते आ पहले हुणी लगे होए सीगे आलू भरन जिहड़े आपां उदण ना उरे फोले सीगे उहनां ते स्प्रे करती सी। ते स्प्रे करके हुण उह बोरियां च भर चुके नेगे। तो इन्ने क देख लो तुसीं इन्ने क भर ले। ते आ बाकी रहिंदे इधरली साइड ते जिहड़े उस तों पहलां फोले सी उह आ नेगे उह इत्थे पए आ। ते सारा बी हैगा अपना ते हजे जिहड़ा ट्राली च पिया इह वी लाउणांगा। ते कम बहुत है चली जांदा बस। आ देख लो तुसीं 136 बोरियां जिहड़ी आपां कल लैके आए आ फोड़ ते इह उह नेगियां। ते बाकी अजे उह जदों साइड ते लातियां सनी चक के चिणतियां ਉਦੋਂ ਬਾਅਦ ਫਿਰ ਇਹ ਆਪਾਂ ਕੀ ਹੁੰਦੇ ਲਾਹਾਂਗੇ ਤੇ ਇਹਨਾਂ ਨੂੰ ਫੋਲਾਂਗੇ ਤੇ ਬਸ। ਤੇ ਹੁਣ ਆਪਾਂ ਉਧਰਲੇ ਘਰੇ ਵਾਪਸ ਚੱਲਦੇ ਹਾਂ। ਅੱਜ ਆਪਾਂ ਘਰੇ ਰਹਿਣਾ ਗਾ ਤੇ ਦੇਖਦੇ ਹਾਂ ਘਰੇ ਸਾਰਾ ਦਿਨ ਕਿਵੇਂ ਨਿਕਲਦਾ ਗਾ ਨਾਲ ਤੁਹਾਨੂੰ ਦਿਖਾਵਾਂਗੇ। ਜਿਹੜੀ ਰਾਤ ਟਰਾਲੀ ਲੈ ਕੇ ਆਉਂਦੀ ਸੀਗੀ ਉਹ ਤਾਂ ਆਪਾਂ ਦੇਖ ਲਓ ਤੁਸੀਂ ਉਰੇ ਖੜਾਤੀ ਸੀਗੀ। ਇਹਦੇ 'ਚ ਚਾਰ ਪਿਆ ਗਾ ਦੇਖ ਸਕਦੇ ਹੋ ਤੁਸੀਂ ਚਾਰ ਖਾਸਾ ਸੀਗਾ ਚਾਰ ਇਹ। ਤੇ ਪਿੱਛੇ ਤੱਕ ਭਰ ਗਈ ਟਰਾਲੀ ਬਾੜ ਤੋਂ ਉੱਪਰ ਚਲੀ ਗਈ। ਇਹ ਤਾਂ ਦੇਖ ਲਓ ਤੁਸੀਂ ਟਰਾਲੀ ਤਾਂ ਇਹ ਛੋਟੀ ਜੀ ਆ ਜੱਫੀ ਜਾਣ ਵਾਲੇ ਕੰਮ ਆਗਾ ਇੰਨੀ ਛੋਟੀ ਟਰਾਲੀ ਆ ਇਹ। ਇਹ ਆਪਣੇ ਚਾਚੇ ਕੀ ਆ ਟਰਾਲੀ। ਅਤੇ ਮੌਸਮ ਯਾਰ ਅੱਜ ਥੋੜ੍ਹਾ ਜਿਹਾ ਖਰਾਬ ਆ। ਮੌਸਮ ਹੀ ਪੰਗਾ ਪਾਊਗਾ ਕਿਉਂਕਿ ਆਪਾਂ ਕੱਲ੍ਹ ਵੱਢ ਕੇ ਐਂ ਕਰਚੇ ਅਤੇ ਅੱਜ ਉਹਨਾਂ ਧੁੱਪ ਲਵਾ ਕੇ ਕੱਲ੍ਹ ਲਾਉਣੀ ਸੀਗੀ ਅੱਗ ਅਤੇ ਹੁਣ ਨਹੀਂ ਲੱਗਦੀ ਅੱਗ ਮੈਨੂੰ ਲੱਗਦਾ। ਜਿਹੋ ਜਿਹਾ ਮੌਸਮ ਆ ਮੈਨੂੰ ਨਹੀਂ ਲੱਗਦਾ ਵੀ ਅੱਗ ਲੱਗੂਗੀ ਕਿਉਂਕਿ ਮੌਸਮ ਖਰਾਬ ਹੋ ਗਿਆ। ਜਦੋਂ ਧੁੱਪ ਨਿਕਲੂਗੀ ਫਿਰ ਦੁਬਾਰੇ ਫੋਲ ਕੇ ਘਰ 'ਚ ਅੱਗ ਲਾ ਆਉਂਦੇ ਪਰ ਨਹੀਂ ਕਿੱਥੇ ਮੌਸਮ ਖਰਾਬ ਆ। ਅਤੇ ਬਾਹਰਲੇ ਘਰੋਂ ਮੈਂ ਆਪਣੇ ਅੰਦਰਲੇ ਘਰੇ ਆ ਗਿਆ ਸੀਗਾ। ਅਤੇ ਬਾਕੀ ਆ ਜਿਹੜਾ ਫੋਰਡ ਦਾ ਆਹ ਪੈਪ ਹੈਗਾ ਇਹ ਫੇਰ ਲੀਕ ਹੋਣ ਲੱਗ ਗਿਆ। ਇਹਨੇ ਯਾਰ ਬਹੁਤ ਤੰਗ ਕੀਤਾ ਗਾ ਅਤੇ ਹੁਣ ਨਵੇਂ ਹੀ ਪਾ ਦਾਂਗੇ। ਦੇਖੋ ਤੁਸੀਂ ਤੁਪਕਾ ਕਰਕੇ ਨਾ ਤੁਪਕਾ ਆਹ ਦੇਖੋ ਇੱਥੋਂ ਆਹ ਦੇਖੋ ਇੱਥੋਂ ਤੁਪਕਾ ਡਿੱਗਦਾ ਗਾ ਅਤੇ ਇਹਦਾ ਇਲਾਜ ਹੈਗਾ ਪੈਪ ਨਵਾਂ ਪਾ ਦਾਂਗੇ ਯਾਰ ਬਾਕੀ ਦੇਖੀ ਚੱਲੋ। ਅਤੇ ਬਾਕੀ ਜੌਂਡੀਅਰ ਵੀ ਵਿਚਾਰਾ ਲਿਬੜਿਆ ਪਿਆ ਗਾ। ਚਲੋ ਕੋਈ ਚੱਕਰ ਨਹੀਂ ਇਹ ਤਾਂ ਹੁਣ ਲਿਬੜਨਾ ਹੀ ਆ ਮੇਰੇ ਵੀਰੋ ਕਹਿੰਦੇ ਲਿਬੜਨਾ ਹੀ ਆ। ਅਤੇ ਜਿਹੜਾ ਆਹ ਬਾਰ ਲੈ ਢਿੱਲੀ ਹੋ ਗਈ ਇਹ ਵੀ ਮੈਂ ਨਟ ਜੇ ਟਾਈਟ ਕਰ ਦਿੰਦਾ ਗਾ ਇਹ ਪਤਾ ਨਹੀਂ ਕਿਵੇਂ ਢਿੱਲੀ ਹੋ ਗਈ ਯਾਰ। ਦੇਖ ਲਓ ਤੁਸੀਂ ਨੀਚੇ ਇਹਨੂੰ ਗਿਰੀ ਹੋਈ ਪਤਾ ਲੱਗਦਾ ਹੋਊਗਾ ਸਾਨੂੰ। ਅਤੇ ਵੀ ਮੈਂ ਅੱਜ ਟਾਈਟ ਕਰਦਾ ਹੁਣ ਅੱਜ ਘਰ ਹੀ ਆ ਮੈਂ ਵਿਹਲੀ ਹਾਂ। ਅਤੇ ਬਾਕੀ ਹੁਣੀ ਹੁਣੀ ਮੈਂ ਗੱਡੀ ਸਾਫ਼ ਕਰਕੇ ਹਟਿਆ ਗਾ ਅਤੇ ਹੁਣ ਡੈਡੀ ਚੱਲਿਆ ਬਸ ਹੁਣ ਡੈਡੀ ਚੱਲੇ ਆ ਪਤਾ ਨਹੀਂ ਕਿੱਥੇ ਜਾਣਾ। ਮੈਂ ਗੇਟ ਲਾਉਣ ਲੱਗਿਆ ਗਾ ਨਹੀਂ ਗੇਟ ਖੋਲਣ ਲੱਗਿਆ ਗਾ ਸੋਰੀ। ਅਤੇ ਡੈਡੀ ਨੇ ਕਿਹਾ ਸੀਗਾ ਵੀ ਦਾਣਾ ਮੰਡੀ 'ਚ ਨਾ ਗੇੜਾ ਮਾਰ ਕੇ ਆਈ ਅਤੇ ਚਲੋ ਹੁਣ ਇੱਕ ਵਾਰੀ ਦਾਣਾ ਮੰਡੀ 'ਚ ਗੇੜਾ ਕੱਢ ਕੇ ਆਉਂਦੇ ਹਾਂ ਦੇਖ ਕੇ ਆਉਂਦੇ ਹਾਂ ਵੀ ਪੱਲੜ ਪੁੱਲੜ ਦਿੱਤਾ ਹੋਇਆ ਉਸ ਮਾਰ ਕੇ। ਅਤੇ ਬਾਕੀ ਚੱਲਦੇ ਹਾਂ ਦਾਣਾ ਮੰਡੀ 'ਚ ਜਾ ਕੇ ਮਿਲਦੇ ਹਾਂ। ਅਤੇ ਜ਼ਰੂਰੀ ਹੈਗਾ ਗੇੜਾ ਕੱਢ ਕੇ ਆਉਣਾ ਕਿਉਂਕਿ ਜੇ ਕਿਤੇ ਮੀਂਹ ਆ ਗਿਆ ਉੱਧਰੋਂ ਉਹਨਾਂ ਨੇ ਪੱਲੜ ਨਾ ਦਿੱਤੇ ਹੋਏ ਫਿਰ ਔਖਾ ਹੋ ਜੂਗਾ। ਫਿਰ ਆਪਾਂ ਹੁਣ ਚੱਲਦੇ ਹਾਂ ਦਾਣਾ ਮੰਡੀ ਜਾ ਕੇ ਮਿਲਦੇ ਹਾਂ। ਅਤੇ ਦਾਣਾ ਮੰਡੀ ਜਾ ਕੇ ਸੀ ਆਪਾਂ ਗੇੜਾ ਕੱਢਣ ਬਾਕੀ ਜਿਹੜੀ ਤਾਂ ਆਪਣੀ ਸਾਰੀ ਢੱਕੀ ਪਈ ਆ ਅਤੇ ਇੱਧਰ ਵੀ ਢੱਕੀ ਪਈ ਆ ਬਸ ਹੁਣ ਇੰਨਾ ਹੀ ਦੇਖਣਾ ਸੀਗਾ ਹੁਣ ਚੱਲਦੇ ਹਾਂ ਘਰ ਨੂੰ। ਅਤੇ ਆਉਂਦੇ ਹੋਏ ਮੈਂ ਦੁਕਾਨ ਤੋਂ ਲੈ ਆਇਆ ਪਤਾ ਨਹੀਂ ਕੀ ਚੀਜ਼ ਆ ਗਈ ਪਰ ਖਾਣ ਨੂੰ ਲੈ ਆਇਆ ਕੁਛ ਲੇਜ ਤਾਂ ਹੈ ਨਹੀਂ ਸੀ ਉਹਨਾਂ ਕੋਲ ਅਤੇ ਆਹ ਪੰਜਾਂ ਪੰਜਾਲੇ ਖਾ ਲੈਂਦੇ ਹਾਂ ਭੁੱਖ ਲੱਗੀ ਥੋੜ੍ਹੀ ਜੀ। ਅਤੇ ਇੱਕ ਨਾ ਕੱਲ੍ਹ ਜਦੋਂ ਮੈਂ ਕਰਚੇ ਵੱਢਦਾ ਸੀਗਾ ਮੈਂ ਇੱਕ ਚੀਜ਼ ਦੇਖੀ ਵੀ ਜਿਹੜੀ ਇਹ ਤਾਰ ਆ ਨਾ ਇਹ ਤਾਰ ਦੇਖ ਲਓ ਤੁਸੀਂ ਐਂ ਕਰਦੀ ਸੀਗੀ ਜਿਵੇਂ ਵੀ ਅੱਜ ਹੀ ਟੁੱਟ ਜਾਣੀਗੀ ਵੀ ਅੱਜ ਹੀ ਟੁੱਟ ਜੂਗੀ ਅਤੇ ਇਹਨੂੰ ਆਪਾਂ ਨੂੰ ਉਰੇ ਟਾਈਲੋਕ ਲਾ ਦਿੰਦੇ ਹਾਂ। ਮੈਂ ਕੱਲ੍ਹ ਲੈ ਕੇ ਆਇਆ ਸੀ ਉੱਦਣ ਮੈਂ ਟਾਈਲੋਕ ਲੈ ਕੇ ਆਇਆ ਸੀਗਾ ਅਤੇ ਦੇਖਦਾ ਮੈਂ ਲੱਭਦਾ ਗਾ ਫਿਰ ਉਹਨਾਂ ਲਾਉਂਦੇ ਹਾਂ ਕਿਉਂਕਿ ਇੱਦਾਂ ਤਾਂ ਫਿਰ ਜੇ ਪਰਾਲੀ ਜ਼ਿਆਦਾ ਫਸ ਗਈ ਤਾਂ ਟੁੱਟ ਨਾ ਜਾਣ ਤਾਰਾਂ। ਅਤੇ ਆਹ ਦੇਖ ਲਓ ਤੁਸੀਂ ਮੈਨੂੰ ਟਾਈਲੋਕ ਮਿਲ ਗਏ ਇਹਨਾਂ ਨੂੰ ਮੈਂ ਲਾਉਂਦਾ ਗਾ ਹੁਣ ਅਤੇ ਆਹ ਅਤੇ ਟਾਈਲੋਕ ਲਾਤੇ ਜੀ ਮੈਂ ਇਧਰਲੀ ਸਾਈਡ ਵੀ ਲਾਤੇ ਇਧਰਲੀ ਸਾਈਡ ਵੀ ਲਾਤੇ ਅਤੇ ਬਾਕੀ ਹੁਣ ਕੰਮ ਵਧੀਆ ਹੋ ਗਿਆ ਅਤੇ ਬਸ ਹੁਣ ਲੈਂਦੇ ਨਹੀਂ ਗਏ ਇਹ। ਅਤੇ ਆਹ ਬਾਰਲੈਟ ਦਾ ਇਲਾਜ ਰਹਿ ਗਿਆ ਇਹ ਆਪਾਂ ਕੱਲ੍ਹ ਨੂੰ ਕਰਾਵਾਂਗੇ ਉਹ ਤੋਂ ਕਿਉਂਕਿ ਅੱਜ ਉਹ ਆਇਆ ਨਹੀਂ ਬੰਦਾ ਆਪਣਾ ਮਿਸਤਰੀ ਅਤੇ ਪਤਾ ਨਹੀਂ ਕੀ ਚੱਕਰ ਪਿਆ ਗਾ ਵੀ ਇਹ ਨਾ ਨਟ ਢਿੱਲੇ ਦੋਨੇ ਇਕੱਠੇ ਕਿਵੇਂ ਢਿੱਲੇ ਹੋ ਜਾਣਗੇ। ਇਹ ਮੈਂ ਜਿਹੜੀ ਆਪਾਂ ਲਾਈ ਹੈਗੀ ਆਹ ਚੀਜ਼ ਜਿਹੜੀ ਇਹ ਬਣਾ ਕੇ ਲਾਈ ਸੀਗੀ ਮੂਹਰਲੀ ਸਾਈਡ ਇਹ ਢਿੱਲੀ ਢੁੱਲੀਆਂ ਹੋ ਗਈ ਹੋਵੇ ਤਾਂ ਕਰਕੇ ਬਾਅਦ ਚੋਂ ਦੇਖਦੇ ਇਹਨਾਂ ਕੀ ਕਰਨ ਵਾਲਾ ਇਹਦਾ। ਅਤੇ ਬਸ ਬੋਰੀਆਂ ਬੋਰੀਆਂ ਇਕੱਠੀਆਂ ਕਰਕੇ ਨਾ ਸਾਈਡ 'ਤੇ ਲਾ ਕੇ ਹਟਿਆ ਹਾਏ
ਮੈਨੂੰ ਤਾਂ ਚੜਿਆ ਸੀਗਾ, ਜ਼ੋਰ ਲੱਗ ਗਿਆ ਸਾਰਾ ਹੈ। ਤੇ ਬਾਕੀ ਹੁਣ ਆਪਾਂ ਆਹ ਟਰਾਲੀ ਲਾਉਣੀ ਆ ਤੇ ਟਰੈਕਟਰ ਲੈ ਕੇ ਆਉਂਦੇ ਆ। ਪਹਿਲਾਂ ਤਾਂ ਟਰੈਕਟਰ ਲਿਆ ਕੇ ਫਿਰ ਲਾਉਂਦੇ ਆ ਟਰਾਲੀ ਨੂੰ ਅੰਦਰ ਬੈਗ, ਉਸ ਤੋਂ ਬਾਅਦ ਲਾਉਂਦੇ ਆ ਜਿਹੜੀਆਂ ਆਪਣੇ ਬੋਰੀਆਂ ਰਹਿ ਗਈਆਂ ਤੇ ਫਿਰ ਇਹਨਾਂ ਨੂੰ ਵੀ ਫੋਲਾਂਗੇ। ਟਰੈਕਟਰ ਲੈ ਕੇ ਆਉਂਦੇ ਪਹਿਲਾਂ ਤਾਂ ਤੇ ਫੋੜ ਆਪਾਂ ਲਿਆਏ ਸੀਗੇ ਜੀ ਇਧਰਲੇ ਘਰੇ, ਤੇ ਆਪਾਂ ਟਰਾਲੀ ਉਰੋਂ ਕੱਢ ਕੇ ਇੱਥੇ ਖੜਾ ਲਈ। ਇੱਥੇ ਤਾਂ ਖੜਾਈ ਹੈ ਕਿਉਂਕਿ ਅਜੇ ਪੱਲੀਆਂ ਥੋੜ੍ਹੀਆਂ ਜਿਹੀਆਂ ਝਾੜਨੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਅੰਦਰ ਲਾ ਦਾਂਗੇ ਟਰਾਲੀ। ਤੇ ਬਾਕੀ ਫੋੜ ਖੜਾ ਹੁੰਦਾ ਸੀਗਾ ਜਦੋਂ ਆਪਾਂ ਲਿਫਟ 'ਤੇ ਚੱਕਦੇ ਹਾਂ ਟਰਾਲੀ ਨੂੰ, ਬਾਹਲਾ ਵੀ ਨਹੀਂ ਪਰ ਛੇਤੀ ਖੜਾ ਹੁੰਦਾ ਨੀਗਾ ਫੋੜ, ਫਿਰ ਵੀ ਹੁੰਦਾ ਸੀ। ਤੁਸੀਂ ਦੇਖ ਲਓ ਫਿਰ ਕਿੰਨਾ ਕੁ ਵਜਨ ਹੋਊਗਾ ਮੂਹਰੇ, ਮੂਹਰੇ ਜ਼ਿਆਦਾ ਆ ਕਿਉਂਕਿ 35-35 ਜਿਹੇ ਲੈਣਾ ਲੱਗੇ ਨੇ ਮੂਹਰੇ, ਪਿੱਛੇ ਵਜਨ ਹੈ ਨਹੀਂ, ਪਿੱਛੇ ਘੱਟ ਆ, ਤਾਂ ਕਰਕੇ ਖੜਾ ਹੁੰਦਾ ਜੀ ਥੋੜ੍ਹਾ ਜਿਹਾ। ਟਰਾਲੀ ਆਪਾਂ ਲਗਭਗ ਤਾਂ ਲਾ ਹੀ ਦਿੱਤੀ, ਇੱਕ ਲਾਈਨ ਰਹਿ ਗਈ, ਤੁਸੀਂ ਦੇਖ ਸਕਦੇ ਹੋ ਪਿੱਛੋਂ ਦਿਖਾਉਣਾ, ਰੁਕ ਜਾਓ ਉੱਥੇ ਦੇਖ ਲਓ ਤੁਸੀਂ ਇਹ ਸਾਰੇ ਆਲੂ। ਹੁਣ ਆਪਾਂ ਇਸ ਤੋਂ ਬਾਅਦ ਬੋਰੀਆਂ ਖੋਲ ਕੇ ਨਾ ਫੋਲਾਂਗੇ, ਤੇ ਟਰਾਲੀ ਲਗਭਗ ਲਾਈਨ ਵਾਲੀ ਆ ਆਪਣੀ, ਇੱਕ ਲਾਈਨ ਰਹਿ ਗਈ ਬਸ, ਤੁਸੀਂ ਦੇਖ ਸਕਦੇ ਹੋ ਇਹ ਉੱਥੇ ਤੱਕ ਅੱਗੇ ਤੱਕ ਬੋਰੀਆਂ ਸਿੱਟਾਂਗੇ ਆਪਾਂ, ਤੇ ਉਸ ਤੋਂ ਬਾਅਦ ਇਹਨਾਂ ਦੇ ਮੂੰਹ ਖੋਲ ਕੇ ਸਾਰੀਆਂ ਬੋਰੀਆਂ ਦੇ ਤੇ ਢੇਰੀ ਕਰ ਦਾਂਗੇ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਫੋਲ ਦਾਂਗੇ। ਤੇ ਮੇਰਾ ਫੋਨ ਬੰਦ ਹੋ ਗਿਆ ਸੀਗਾ ਤਾਂ ਕਰਕੇ ਮੈਂ ਚਾਰਜ ਤੇ ਲਾਇਆ ਆਇਆ ਸੀਗਾ, ਤਾਂ ਹੁਣ ਆਪਾਂ ਆਲੂ ਸੀਗੇ ਜਿਹੜੇ ਲਾਤੇ ਸੀ ਟਰਾਲੀ 'ਚ, ਉੱਥੇ ਟਰਾਲੀ ਦਿੱਤੀ ਸੀ ਕੱਢ ਉੱਥੇ ਜਿੱਥੇ ਪਹਿਲਾਂ ਕੱਢੀ ਸੀ, ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬੋਰੀਆਂ ਸਾਰੀਆਂ ਲੈ ਚੁੱਕੀਆਂ ਨੇਗੀਆਂ, ਤੇ ਉੱਧਰੋਂ ਕੰਮ ਸ਼ੁਰੂ ਹੋ ਗਿਆ, ਹੁਣ ਇਹਨਾਂ ਦਾ ਮੂੰਹ ਖੋਲ੍ਹ ਕੇ ਫੋਲੀਆਂ ਜਾ ਰਹੀਆਂ ਨੇ, ਆਲੂ ਫੋਲੇ ਜਾ ਰਹੇ ਆ। ਤੇ ਬਾਕੀ ਹੁਣ ਆਪਾਂ ਇੱਕ ਅੱਧੀ ਰੀਲ ਬਣਾ ਲਈਏ ਫਿਰ ਚੱਲਦੇ ਹਾਂ ਉੱਧਰਲੇ ਘਰੇ, ਤੇ ਤੁਹਾਨੂੰ ਇੱਕ ਘੈਂਟ ਜਿਹੀ ਚੀਜ਼ ਦਿਖਾਉਣੀ ਆ, ਆਹ ਦੇਖੋ ਮੋਸਟ ਬਿਗੈਸਟ ਪੈਕਿੰਗ ਆਫ ਫਿਜ਼, ਇਹ 10 ਰੁਪਏ ਦੀ ਆ, ਦੇਖੋ ਤੁਸੀਂ ਇਹ ਕਿੰਨੇ ਐਮ ਐਲ ਹੋਊਗਾ, ਇਹਦੇ 160 ml ਆ, ਤੁਸੀਂ ਦੇਖ ਸਕਦੇ ਹੋ ਬਾਹਲੀ ਵੱਡੀ ਪੈਕਿੰਗ ਆ ਯਾਰ, ਮੈਂ ਦੇਖ ਕੇ ਹੈਰਾਨ ਰਹਿ ਗਿਆ, ਮੈਂ ਕਿਹਾ ਤਾਂ ਮੈਂ ਲੈ ਕੇ ਜਾਊਂ ਨਾਲੇ ਵੀਡੀਓ 'ਚ ਦਿਖਾਊਂਗਾ। ਤੇ ਹੁਣੀ ਹੁਣੀ ਇੱਕ ਚੀਜ਼ ਯਾਦ ਆਈ, ਸਾਨੂੰ ਯਾਦ ਹੀ ਨਹੀਂ ਸੀਗਾ ਵੀ ਨਾ ਕੱਲ੍ਹ ਨੂੰ ਗੁਰੀ ਨੇ ਆਲੂ ਬੀਜਣੇ ਆ, ਤੇ ਨਾ ਜਦੋਂ ਅਸੀਂ ਆਲੂ ਬੀਜਦੇ ਹੁੰਦੇ ਹਾਂ ਤਾਂ ਉਦੋਂ ਸਾਰੀ ਚੀਜ਼ਾਂ ਖੋਲਣੀਆਂ ਹੁੰਦੀਆਂ ਨੇਗੀਆਂ, ਡਿੱਕ ਵੀ ਤੇ ਛਤਰੀ ਵੀ, ਤੇ ਐਤਕੀ ਜੀ ਜਾ ਕਰਦਾ ਨਹੀਂ ਡਿੱਕ ਡੁੱਕ ਖੋਲਣ ਦਾ, ਤੇ ਡਿੱਕ ਤਾਂ ਮੈਨੂੰ ਲੱਗਦਾ ਖੋਲਣਾ ਪੈਣਾ ਪਰ ਛਤਰੀ ਨਹੀਂ ਖੋਲਣੀ, ਕਿਉਂਕਿ ਦੇਖੋ ਤੁਸੀਂ ਆਹ ਵਾਲਾ ਜਿਹੜਾ ਜੈਕ ਦਾ ਆਹ ਇਹਨੂੰ ਘੁਮਾਉਣ ਲਈ ਜਗ੍ਹਾ ਚਾਹੀਦੀ ਹੈ, ਇੱਧਰ ਇਹ ਪੈਪ ਦੇ ਨਾਲ ਫਸਦਾ ਗਾ, ਦੇਖੋ ਤੁਹਾਨੂੰ ਦਿਖਾਉਣਾ, ਆਹ ਦੇਖੋ ਇਹ ਘੁੰਮਦਾ ਨੀਗਾ ਜਿੰਨਾ ਚਿਰ ਆਹ ਯੂ ਨਹੀਂ ਖੁੱਲਦੀ, ਤੇ ਤਾਂ ਕਰਕੇ ਇਹਨੂੰ ਇਹਦਾ ਵੀ ਕੋਈ ਇਲਾਜ ਕਰਾਵਾਂ, ਇਹਨੂੰ ਵੱਢ ਕੇ ਛੋਟਾ ਕਰਾਵਾਂਗੇ, ਕਿਉਂਕਿ ਯਾਰ ਛਤਰੀ ਖੋਲਣੀ ਬਾਹਲਾ ਝੰਝਟ ਜਿਹਾ ਹੋ ਜਾਂਦਾ, ਹਰੇਕ ਸਾਲ ਖੋਲਣੀ ਔਖੀ ਹੋ ਜਾਂਦੀ ਆ, ਰੰਗ ਲੈ ਜਾਂਦਾ ਕਿੱਦੇ ਕਿਤੋਂ, ਤੇ ਕਿਤੋਂ ਰੰਗ ਲੈ ਜਾਂਦਾ ਗਾ, ਤਾਂ ਕਰਕੇ ਔਖਾ ਗਾ ਫਿਰ ਜਗਾੜ ਕਰਨਾ। ਤੇ ਡਿੱਕ ਤਾਂ ਖੋਲ ਦਾਂਗੇ, ਡਿੱਕ ਤਾਂ 4 ਨਟ ਨੇ, 2 ਇੱਧਰ 2 ਉੱਧਰ, ਇਹਨੂੰ ਲਾ ਕੇ ਧਰ ਦਾਂਗੇ, ਤੇ ਬਾਕੀ ਤਾਂ ਦੇਖ ਲਓ ਤੁਸੀਂ ਪਿਛਲੀ ਵਾਰ ਦਾ ਨਿਸ਼ਾਨ ਆ ਇਹ ਜਦੋਂ ਅਸੀਂ ਹੈ ਨਾ ਮਸ਼ੀਨ ਧੋ ਕੇ ਖੜਾਉਣ ਲੱਗੇ ਸੀਗੇ, ਉਦੋਂ ਮੈਂ ਲਿਫਟ ਵੱਧ ਚੱਕਤੀ ਸੀਗੀ, ਤੇ ਤਾਂ ਆਹ ਲੱਗ ਗਿਆ ਸੀਗਾ ਉਹਦੇ ਨਾਲ ਮਸ਼ੀਨ, ਤੇ ਤਾਂ ਹੀ ਡਿੱਕ ਖੋਲਣਾ ਪੈਣਾ, ਕਿਉਂਕਿ ਆਹ ਮੈਨੂੰ ਪਤਾ ਹੀ ਆ ਡਿੱਕ ਆਪਾਂ ਖਰਾਬ ਹੀ ਕਰ ਲੈਣਾ, ਨਹੀਂ ਬਾਹਲਾ ਕੰਮ ਖਰਾਬ ਹੋਜੂ, ਆਪਾਂ ਨੂੰ ਪਤਾ ਲੱਗਦਾ ਨਹੀਂ, ਪਿੱਛੇ ਘੱਟ ਪਤਾ ਲੱਗਦਾ ਗਾ ਮਸ਼ੀਨ ਭਾਰੀ ਹੁੰਦੀ ਆ। ਤੇ ਬਾਕੀ ਹੁਣ ਆਪਾਂ ਚੱਲ ਦੇਂਗੇ, ਇੱਕ ਨਾ ਕੱਲ੍ਹ ਪਰਸੋਂ ਮੈਂ ਉਹ ਜਾਂਦਾ ਸੀਗਾ ਆਲੂਆਂ ਦੀ ਟਰਾਲੀ ਲੈ ਕੇ ਆਇਆ, ਇਹ 'ਚ ਹਵਾ ਘਟੀ ਗਈ ਆ, ਤੇ ਉਹਦਾ ਹੁਣ ਟੂਟੀ ਟਾਟੀ ਜਿਹੀ ਚੈੱਕ ਕਰਾ ਕੇ ਲਿਆਉਂਦੇ ਆਹ ਵਾਲੀ ਆਪਣੀ, ਤੇ ਜੇ ਨਵੀਂ ਪੈਂਦੀ ਉਹ ਲੀਕ ਹੋਊਗੀ ਤਾਂ ਨਵੀਂ ਪਾ ਦਾਂਗੇ, ਇਹਦਾ ਬਾਲ ਲੀਕ ਪਊ, ਬਾਲ ਨਵਾਂ ਪੈ ਜੂ। ਤੇ ਬਾਕੀ ਦੇਖਦੇ ਹਾਂ ਉੱਥੇ ਚੱਲ ਕੇ ਕੀ ਬਣਦਾ ਗਾ, ਪਹਿਲਾਂ ਗੁਰਮੁਖ ਕੋਲ ਚੱਲਦੇ ਹਾਂ ਅਤੇ ਉਹਨੂੰ ਚੈੱਕ ਕਰਾਉਂਦੇ ਹਾਂ ਕੀ ਆ ਇਹਦਾ ਕੀ ਜਗਾੜ ਆ। ਗੇਟ ਖੋਲਦੀ ਹੈ ਮੇਰੇ ਵੀਰੇ ਉਹ ਕਹਿ, ਟਾਇਰ 'ਚ ਹਵਾ ਘੱਟ ਸੀ ਤੇ ਆਪਾਂ 20 ਕਰਾ ਲਈ ਹਵਾ, ਤੇ ਬਾਲ ਚੇਂਜ ਕਰਾ ਲਿਆ, ਤੇ ਬਾਕੀ ਹੁਣ ਬਾਅਦ 'ਚੋਂ ਪਤਾ ਲੱਗੂਗਾ ਕੱਲ੍ਹ ਨੂੰ ਤੱਕ ਜੇ ਘਟੀ ਫਿਰ ਤਾਂ ਮਤਲਬ ਪੈਂਚਰ ਹੋਣਾ ਗਾ ਜਾਂ ਕੁਛ ਹੋਰ ਹੋਊ, ਤੇ ਬਾਕੀ ਹੁਣ ਚਲੋ ਘਰ ਨੂੰ ਚੱਲਦੇ ਹਾਂ ਆਪਾਂ, ਤੇ ਇੱਕ ਵਾਰੀ ਲਾਈਟਾਂ 'ਤੇ ਲੱਗ ਦਿਖਾਉਣਾ ਤੁਹਾਨੂੰ।
ਹਾਈ ਤੇ ਟਰੈਕਟਰ ਆਪਾਂ ਲਿਆ ਕੇ ਲਾਤਾ ਜੀ ਅੰਦਰ ਤੇ ਇੱਧਰ ਫੋਰਡ ਖੜਾ ਤੇ ਉੱਧਰ ਆਪਣਾ ਜੋਨ ਡੀਅਰ ਖੜਾ ਤੇ ਬਾਕੀ ਹੁਣ ਇਹਨੂੰ ਦੇਖਦੇ ਆਂਗੇ ਅੱਜ ਖੋਲਾਂਗੇ ਡੈੱਕ ਨਹੀਂ ਕੱਲ ਨੂੰ ਤੇ ਹੁਣ ਛੱਤਰੀ ਖੋਲਣ ਲੱਗਦੇ ਸੀਗੇ ਤੇ ਡੈੱਕ ਵੀ ਤੇ ਉਹ ਤੁਸੀਂ ਦੇਖਿਓ ਆਪਣੇ ਅਗਲੇ ਵਲੌਗ ਦੇ ਵਿੱਚ ਕਿਉਂਕਿ ਆਹ ਵਲੌਗ ਆਲਰੇਡੀ ਬਹੁਤ ਲੰਬਾ ਹੋ ਚੁੱਕਿਆ ਹੈਗਾ ਤੇ ਅਗਲੇ ਵਲੌਗ ਦੇ ਵਿੱਚ ਦੇਖਿਓ ਆਪਾਂ ਟਰੈਕਟਰ ਦੀ ਲੁੱਕ ਕਿਹੋ ਜਿਹੀ ਬਣਦੀ ਹੈਗੀ ਓਕੇ ਬਾਏ ਨਵੇਂ ਵਲੌਗ ਦੇ ਵਿੱਚ ਮਿਲਦੇ ਜਲਦੀ ਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਜਾਣ ਲੱਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਵੇਂ ਵੀਡੀਓ ਦੇ ਵਿੱਚ ਮਿਲਦੇ ਹਾਂ।